थाना फिलौर के अधीन पैंदी पुलिस चौकी लसाड़ा की पुलिस नूं उस वेले वड्डी सफलता हासिल हुई जदों 10 ग्राम हीरोइन दे नाल एक औरत नूं काबू कर लिया। इस संबंधी जानकारी दिंदे हुए चौकी इंचार्ज SI लाभ सिंह ने दस्या कि एक औरत पिंड सेलकियाना तो पवारीवाल जा रही सी अते पुलिस पार्टी नूं देख के भज्जण लगी। ASI अशोक कुमार अते लेडीज कांस्टेबल सुखदीप कौर वल्लों काबू किया गया। औरत की पहचान सुनीता पत्नी निर्मलजीत वासी सेलकियाना वजों हुई है। इस संबंधी थाना फिलौर विखे मुकदमा नंबर 109 NDPC एक्ट तहत दर्ज किया गया। फिलौर तो नवी पटवालिया की विशेष रिपोर्ट। ਕੱਲ੍ਹ ਸਾਡੀ ਲਸਾੜੇ ਤੋਂ ਪੁਲਿਸ ਪਾਰਟੀ ਜਿਹੜੀ ਆ ਉਹ ਸੇਲਕਰੇ ਨੂੰ ਗਸ਼ਤ ਦੌਰਾਨੇ ਗਸ਼ਤ ਜਾ ਰਹੀ ਸੀਗੀ। ਜਦੋਂ ਅਸੀਂ ਪਵਾਰੀ ਦੇ ਨੇੜੇ ਪੁੱਜੇ ਸੀਗੇ ਅਤੇ ਅੱਗੋਂ ਸੇਲਕਰੇ ਵਾਲੇ ਸਾਈਡ ਨਾਲ ਇੱਕ ਲੜਕੀ ਆ ਰਹੀ ਸੀ ਲੇਡੀ, ਉਹ ਪੁਲਿਸ ਪਾਰਟੀ ਨੂੰ ਦੇਖ ਕੇ ਅਤੇ ਸਾਈਡ ਨੂੰ ਹੋ ਗਈ। ਸਾਨੂੰ ਸ਼ੱਕ ਪੈ ਗਿਆ, ਸਾਡੇ ਨਾਲ ਲੇਡੀ ਕੌਂਸਟੇਬਲ ਸੀ ਸੁਖਜੀਤ ਕੌਰ, ਅਸੀਂ ਉਹਦੀ ਹੈਲਪ ਦੇ ਨਾਲ ਲੇਡੀ ਨੂੰ ਜਿਹੜੀ ਸੀ ਉਹ ਕਾਬੂ ਕੀਤਾ। ਕਾਬੂ ਕਰਕੇ ਉਹਦੇ ਕੋਲ ਪੁੱਛਗਿੱਛ ਕੀਤੀ, ਸਾਨੂੰ ਸ਼ੱਕ ਪੈ ਗਿਆ ਵੀ ਕੋਈ ਨਸ਼ੀਲਾ ਪਦਾਰਥ ਕੋਲ ਹੈਗਾ। ਅਸੀਂ ਉਹਦੀ ਲੜਕੀ ਦੀ ਰਾਹੀਂ ਜਿਹੜੀ ਉਹਦੀ ਤਲਾਸ਼ੀ ਕਰਾਈ ਗਈ। ਜਦੋਂ ਤਲਾਸ਼ੀ ਕੀਤੀ ਸਾਡੀ ਲੇਡੀ ਕੌਂਸਟੇਬਲ ਨੇ ਉਹਦੇ ਕੋਲੋਂ 10 ਗ੍ਰਾਮ ਜਿਹੜੀ ਹੈਰੋਇਨ ਸੀਗੀ ਉਹ ਬਰਾਮਦ ਹੋਈ ਹੈ, ਜਿਹਦੇ ਖਿਲਾਫ਼ ਅਸੀਂ ਮੁਕੱਦਮਾ ਨੰਬਰ 109 ਦਰਜ ਕੀਤਾ ਜੀ। ਅੱਜ ਉਹਨੂੰ ਪੇਸ਼ ਕੀਤਾ ਜਾ ਰਿਹਾ ਜੀ। ਹਾਂਜੀ, ਪਹਿਚਾਣ ਉਹਦਾ ਨਾਂ ਸੁਨੀਤਾ ਜੀ, ਪਤੀ ਦਾ ਨਾਂ ਹੈਗਾ ਨਿਰਮਲਜੀਤ ਸਿੰਘ, ਸੇਲਕਿਆਣੇ ਦੀ ਰਹਿਣ ਵਾਲੀ ਹੈ। ਪਹਿਲਾਂ ਮੁਕੱਦਮੇ ਬਾਰੇ ਨਹੀਂ ਪਤਾ ਜੀ, ਜੇ ਉਹਦੀ ਪੁੱਛਗਿੱਛ ਕਰਨ ਤੋਂ ਬਾਅਦ ਹੁਣ ਅੱਜ ਪਤਾ ਲੱਗ ਜਾਏਗਾ ਵੀ ਉਹਦੀ ਖਿਲਾਫ਼ ਮੁਕੱਦਮਾ ਹੈ ਜਾਂ ਨਹੀਂ ਹੈ, ਉਹ ਥਾਣੇ ਤੋਂ ਪਤਾ ਲੱਗ ਜਾਏਗਾ ਜੀ। ਜੀ ਬਿਲਕੁਲ ਜੀ, ਜਿਹੜਾ ਵੀ ਸਾਡੀ ਰੇਂਜ 'ਚ ਆ ਗਿਆ ਉਹ ਬਖਸ਼ਿਆ ਨਹੀਂ ਜਾਏਗਾ। ਮੈਂ ਆਪ ਜੀ ਨੂੰ ਕੱਲ੍ਹ ਵੀ ਇਹਦੇ ਬਾਰੇ ਦੱਸਿਆ ਸੀਗਾ ਵੀ ਕੋਈ ਵੀ ਨਹੀਂ, ਜਾਂ ਤਾਂ ਘਰ ਛੱਡ ਜਾਣਗੇ ਅਤੇ ਨਿਗਾਹ ਨਸ਼ਾ ਬੰਦ ਕਰ ਦੇਣਗੇ ਜੀ। ਸਰ